मोहाली में सार्वजनिक स्थानों पर सरेआम शराब पीना और हुल्लड़बाजी करने वालों के खिलाफ पुलिस ने सख्त तरीके से शिकंजा कसना शुरू कर दिया है। यही कारण है कि गत रात्रि पुलिस द्वारा वाहनों के बोनट पर शराब रखकर पीने के मामले में थाना सोहाना मामला दर्ज करके उल्लंघन करने वालों को हिरासत में लिया गया। वहीं पुलिस ने आरोपियों के खिलाफ एक्साइज एक्ट के मुताबिक विभिन्न धाराओं में पर्चा दर्ज किया। उपरोक्त मामले में डीएसपी सिटी 2 दीप कमल अनुसार स्पेशल नाकाबंदी करके एक फॉर्चुनर सफेद रंग की कार चालक को रोका गया, जिसके खिलाफ भी हुल्लड़बाजी और ड्यूटी में विघ्न डालने के मामले में उसको हिरासत में लिया गया। ਫਾਰਚੂਨਰ ਗੱਡੀ ਫੜੀ ਆ, ਨਾਲ ਮੁੰਡੇ ਵੀ ਫੜਿਆ, ਅਤੇ ਕੀ ਮਾਮਲਾ ਹੈਗਾ ਇਹਦੇ ਬਾਰੇ ਥੋੜ੍ਹਾ ਦੱਸੋਗੇ? ਸਾਡੇ ਐਸ ਐਸ ਪੀ ਸਾਹਿਬ ਮਾਨਜੋ ਸ਼੍ਰੀ ਸਤਿੰਦਰ ਸਿੰਘ, ਉਹਨੇ ਐਸ ਐਸ ਪੀ ਸਾਹਿਬ ਮੋਹਾਲੀ ਨੇ ਸਟ੍ਰਿਕਟ ਇੰਸਟਰਕਸ਼ਨ ਸਾਨੂੰ ਦਿੱਤੀਆਂ ਕਿ ਮੋਹਾਲੀ ਸਿਟੀ ਦੇ ਏਰੀਆ ਵਿੱਚ ਕਈ ਭੈੜੇ ਅਨਸਰ ਮਾੜੇ ਲੋਕ ਇੱਥੇ ਇਸਨੂੰ ਹਾਈਡਆਊਟ ਵਾਂਗ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਜੇ ਦੂਸਰੇ ਇਲਾਕਿਆਂ ਤੋਂ ਆ ਕੇ ਇੱਥੇ ਹਿਮਾਚਲ ਹਰਿਆਣਾ ਜਾਂ ਰੈਸਟ ਆਫ ਪੰਜਾਬ ਤੋਂ ਆ ਕੇ ਇੱਥੇ ਵਸਣ ਦੀ ਕਈ ਵਾਰ ਕੋਸ਼ਿਸ਼ ਕਰਦੇ ਨੇ, ਤਾਂ ਉਹਨਾਂ ਨੂੰ ਇੱਥੇ ਅਸੀਂ ਬਿਲਕੁਲ ਹੀ ਇਸ ਡਿਸਟ੍ਰਿਕਟ 'ਚ ਆਉਣ ਨਹੀਂ ਦੇਣਾ, ਅਤੇ ਅਗਰ ਕੋਈ ਹੈ ਤਾਂ ਉਹਨੂੰ ਅਸੀਂ ਇਸ ਚੈੱਕ ਜਿਹੜੇ ਨਾਕੇ ਲੱਗ ਰਹੇ ਉਸ ਚੈਕਿੰਗ ਦੌਰਾਨ ਉਹਨਾਂ ਨੂੰ ਫੜਨਾ। ਤਾਂ ਇਸ ਸੰਬੰਧੀ ਹੁਣ ਤੁਸੀਂ ਵੀ ਦੇਖਿਆ ਹੋਣਾ ਕਿ ਰੈਂਡਮ ਚੈਕਿੰਗ ਅਸੀਂ ਕਰ ਰਹੇ ਹਾਂ ਅਤੇ ਗੱਡੀਆਂ ਦੀ ਚੈਕਿੰਗ ਹੋ ਰਹੀ ਹੈ ਅਤੇ ਨਾਕੇ ਬਹੁਤ ਹਰ ਮੇਜਰ ਪੁਆਇੰਟ 'ਤੇ ਲਾਏ ਜਾ ਰਹੇ ਨੇ। ਉਸੇ ਦੌਰਾਨ ਇਹ ਕੱਲ੍ਹ ਰਾਤ ਨੂੰ ਹਰ ਇੱਕ ਮੇਜਰ ਪੁਆਇੰਟ 'ਤੇ ਮੋਹਾਲੀ ਸਿਟੀ 'ਚ ਨਾਕਾ ਲਾਇਆ ਗਿਆ ਸੀ, ਅਤੇ ਐਸੇ ਇੱਕ ਨਾਕੇ 'ਤੇ ਮੈਂ ਮੌਜੂਦ ਸੀ ਜੋ ਐਸ ਐਸ ਪੀ ਸਾਹਿਬ, ਐਸ ਪੀ ਸਿਟੀ ਸਾਹਿਬ ਅਤੇ ਐਸ ਪੀ ਸ਼੍ਰੀ ਰਵੀ ਅਟਵਾਲ ਸਾਹਿਬ ਵੱਲੋਂ ਉੱਥੇ ਸੁਪਰਵੀਜ਼ਨ ਕੀਤੀ ਜਾ ਰਹੀ ਸੀ। ਅਤੇ ਉਸ ਦੌਰਾਨ ਇੱਕ ਗੱਡੀ ਨੂੰ, ਜੋ ਫੋਰਚੂਨਰ ਗੱਡੀ ਹੈ, ਇਸਨੂੰ ਅਸੀਂ ਰੋਕਣ ਲਈ ਇਸ਼ਾਰਾ ਕੀਤਾ, ਜਿਸਨੇ ਪਹਿਲਾਂ ਤਾਂ ਇਹਨੂੰ ਸਲੋਅ ਕਰਕੇ ਸਾਡੇ ਕੋਲ ਰੋਕਿਆ, ਅਤੇ ਉਸ ਤੋਂ ਬਾਅਦ ਧੱਕਾ ਮਾਰ ਕੇ ਸਾਡੇ ਮੁਲਾਜ਼ਮ ਨੂੰ ਇਹ ਉੱਥੋਂ ਭੱਜ ਗਿਆ ਨਾਕਾ ਤੋੜ, ਜਿਸ 'ਚ ਕਿਸੇ ਦੀ ਜਾਨ ਵੀ ਜਾ ਸਕਦੀ, ਕਿਸ ਨੂੰ ਸੱਟ ਪੇਚ ਵੀ ਜਾ ਸਕਦੀ। ਸਰ, ਇਹ ਜਦੋਂ ਗੱਡੀ ਤੁਸੀਂ ਫੜੀ ਹੈ, ਇਹਦੇ 'ਚ ਕੁਛ ਤੁਹਾਨੂੰ ਮਿਲਿਆ ਵੀ ਹੈ, ਕੋਈ ਸੰਦਿਗਧ ਸਮਾਨ ਜਾਂ ਕੁਛ ਇਹੋ ਜਿਹਾ? ਇਸ ਦੇ ਵੀ ਸਾਨੂੰ ਕੋਈ ਸੰਦਿਗਧ ਸਮਾਨ ਨਹੀਂ ਮਿਲਿਆ, ਪਰ ਉਸ ਨੂੰ ਸਾਡੇ ਮੁਲਾਜ਼ਮ ਜਿਹੜੇ ਉੱਥੇ ਡਿਊਟੀ ਕਰ ਰਹੇ ਸੀਗੇ ਉਹਨਾਂ ਨੂੰ ਇਸ ਤਰ੍ਹਾਂ ਛੋਟੀ ਸੱਟ ਆਈ ਹੈ, ਛੋਟੀ ਮੋਟੀ ਸੱਟ ਆਈ ਹੈ, ਅਤੇ ਬਾਕੀ ਜੋ ਉੱਥੇ ਮੌਕੇ 'ਤੇ ਖੜ੍ਹੇ ਸੀਗੇ ਬੜਾ ਹੀ ਵਾਇਲੈਂਸ ਅਤੇ ਬੜਾ ਹੀ ਐਗਰੈਸਿਵ ਬਿਹੇਵੀਅਰ ਉਹਨਾਂ ਦਾ ਸੀਗਾ। ਇਹ ਜਿਹੜਾ ਬੰਦਾ ਫੜਿਆ, ਇਹਦਾ ਕੋਈ ਬੈਕਗਰਾਊਂਡ ਕੀ ਹੈ, ਮਤਲਬ ਕੀ ਕੰਮ ਕਾਰ ਕਰਦਾ, ਬੈਕਗਰਾਊਂਡ ਕੀ ਹੈ? ਇਹ ਇਹਨਾਂ ਦਾ ਬੈਕਗਰਾਊਂਡ, ਇਹ ਤਾਂ ਡਰਾਈਵਰ ਨੇ ਅਤੇ ਗੱਡੀ ਨੂੰ ਡਰਾਈਵ ਕਰਦੇ ਨੇ, ਕਿਸੇ ਹੋਰ ਦੀ ਓਨਰ ਨੇ ਇਹਦੇ, ਪਰ ਜੋ ਸਾਡਾ ਮੈਸੇਜ, ਜੋ ਸਾਡੀ ਕਾਰਵਾਈ, ਉਹ ਇਸ ਕਰਕੇ ਅਸੀਂ ਕੀਤੀ ਹੈ, ਇਸ 'ਚ ਅਸੀਂ 353-186 ਦੀ ਕਾਰਵਾਈ ਕੀਤੀ ਹੈ, ਜੋ ਸੈਕਸ਼ਨਸ ਰਿਲੇਟਡ ਨੇ ਉਸ ਬੰਦੇ ਨਾਲ ਜੋ ਮੁਲਾਜ਼ਮਾਂ ਦੀ ਡਿਊਟੀ ਦੌਰਾਨ ਇਸ ਤਰੀਕੇ ਨਾਲ ਕੋਈ ਐਗਰੈਸਿਵ ਵਰਕਰ ਕਰਦਾ, ਸਾਨੂੰ ਡਿਊਟੀ ਨਹੀਂ ਨਿਭਾਉਣ ਦਿੰਦਾ। ਇਸ ਕਰਕੇ ਇਹ ਇੱਕ ਉਹਨਾਂ ਸਾਰੇ ਮਾੜੇ ਅਨਸਰਾਂ ਲਈ ਇੱਕ ਮੈਸੇਜ ਹੈ ਕਿ ਜੇ ਉਹ ਨਾਕੇ 'ਤੇ ਚੈਕਿੰਗ ਕਰਨ ਲਈ ਕਿਸੇ ਨੂੰ ਰੋਕਿਆ ਜਾਂਦਾ, ਉਹਨੂੰ ਬਾਕਾਇਦਾ ਅਸੀਂ ਰੂਲਸ ਫੋਲੋ ਕਰਕੇ ਮਾਸਕ ਪਾ ਕੇ ਅਸੀਂ ਚੈਕਿੰਗ ਕਰਦੇ ਹਾਂ, ਤਾਂ ਲੋਕ ਸਾਡੇ ਨਾਲ ਕੋਪਰੇਟ ਕਰਨ, ਅਤੇ ਜੇ ਕੋਈ ਮਾੜਾ ਅਨਸਰ ਹੈ ਉਹ ਉੱਥੋਂ ਨਾ। ਇੱਕ ਰਾਤ ਨੂੰ ਦੇਖਿਆ ਕੋਈ ਸ਼ਰਾਬ ਦੇ ਠੇਕੇ ਨੇ ਜਾਂ ਰੈਸਟੋਰੈਂਟ ਨੇ, ਉਹਨਾਂ ਦੇ ਆਸੇ ਪਾਸੇ ਲੋਕ ਗੱਡੀਆਂ ਖੜ੍ਹਾ ਕੇ ਲੇਟ ਨਾਈਟ ਡਰਿੰਕ ਕਰਦੇ ਨੇ, ਕੋਈ ਗੱਡੀ ਦੇ ਉੱਤੇ ਬੋਤਲਾਂ ਰੱਖ ਕੇ ਕੋਈ ਲੇਟ ਨਾਈਟ ਤੱਕ ਚੱਲਦਾ, ਉਹਦੇ ਬਾਰੇ? ਇਸੇ ਸੰਬੰਧੀ ਸਾਡੇ ਸਬ ਡਿਵੀਜ਼ਨ ਸਿਟੀ 2 'ਚ ਜੋ ਥਾਣਾ ਸੋਹਾਣਾ ਪੈਂਦਾ, ਉਹਦੇ ਨੇੜੇ ਸੈਕਟਰ 79 ਦਾ ਜੋ ਠੇਕਾ, ਉਹ ਮੇਨ ਰੋਡ 'ਤੇ ਪੈਂਦਾ, ਅਤੇ ਉਹਦੇ ਬਾਹਰ ਕੱਲ੍ਹ ਚੈਕਿੰਗ ਦੌਰਾਨ ਇਸੇ ਤਰੀਕੇ ਨਾਲ 2 ਗੱਡੀਆਂ ਦੇ ਉੱਤੇ ਲੋਕ ਸ਼ਰਾਬ ਬੋਨਟ 'ਤੇ ਰੱਖ ਕੇ ਪੀ ਰਹੇ ਸੀ, ਜਿਨ੍ਹਾਂ ਨੂੰ ਇਮੀਡੀਏਟਲੀ ਕੈਪਚਰ ਕਰਕੇ ਉਹਨਾਂ ਦੋਨਾਂ ਦੇ ਉੱਤੇ 2 ਵੱਖਰੇ
68-14 ਦੇ ਐਕਸਾਈਜ਼ 68-14 ਐਕਸਾਈਜ਼ ਐਕਟ ਦੇ ਪਰਚੇ ਦਰਜ ਕੀਤੇ ਗਏ ਨੇ ਅਤੇ ਇਸ ਲਈ ਅਸੀਂ ਪੂਰੇ ਸਟ੍ਰਿਕਟ ਹੋਏ ਪਏ ਹਾਂ ਅਤੇ ਇਹ ਕਿਸੇ ਨੂੰ ਬਾਹਰ ਅਲਾਊਡ ਨਹੀਂ ਹੈ ਕਿ ਉਹ ਠੇਕਿਆਂ ਦੇ ਬਾਹਰ ਬੈਠ ਕੇ ਇਸ ਤਰੀਕੇ ਨਾਲ ਪੀ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।